9 ਤੇ 10 ਸਤੰਬਰ ਨੂੰ ਦਿੱਲੀ 'ਚ ਬੈਠਕਾਂ ਹੋਣੀਆਂ ਨੇ। ਦਿੱਲੀ 'ਚ ਬੰਦੇ ਲੰਗੂਰ ਬਣਾਤੇ ਜਨਾਬ, ਆਹ ਜੀ ਸਾਡਾ ਸਿਸਟਮ, ਆਹ ਹੈ ਸਾਡੀ ਤਰੱਕੀ। ਸੋ ਦਿੱਲੀ ਨੂੰ ਖਾਲੀ ਕਰਾ ਲਿਆ ਗਿਆ ਇੱਕ ਤਰ੍ਹਾਂ ਨਾਲ, ਪਰ ਪੰਗਾ ਉੱਥੇ ਬੰਦਿਆਂ ਨੂੰ ਤਾਂ ਕੰਟਰੋਲ ਕਰ ਲਈਏ ਕਹਿੰਦੇ। ਹੁਣ ਬਾਂਦਰਾਂ ਤੋਂ ਛੁਟਕਾਰਾ ਪਾਉਣ ਲਈ ਕਹਿੰਦੇ ਬੰਦਿਆਂ ਨੂੰ ਇਹ ਲੰਗੂਰ ਬਣਾ ਦਿਉ ਕਿ ਜਦੋਂ ਬਾਂਦਰ ਆਵੇ ਉਹ ਲੰਗੂਰ ਦੀ ਫੋਟੋ ਦੇਖ ਕੇ ਡਰੇ ਅਤੇ ਨਾਲੋਂ 8-10 ਖੜ੍ਹੇ ਬੰਦੇ ਲੰਗੂਰ ਦੀ ਆਵਾਜ਼ 'ਚ ਬੋਲਣ, ਹੈ ਨਾ। ਦਫ਼ਤਰਾਂ ਛੁੱਟੀਆਂ ਕਰ ਦਈਏ, ਰੂਟ ਕਨਵਰਟ ਕਰ ਦਈਏ, ਪਰ ਬਾਂਦਰਾਂ ਨੂੰ ਕਿਵੇਂ ਕੰਟਰੋਲ ਕਰੀਏ? ਚਰਚੇ ਤਾਂ G20 ਦੇ ਖੂਬ ਨੇ। G20 ਸੰਮੇਲਨ ਸਿਖਰਲਾ ਦੌਰ ਭਾਰਤ ਦੇ ਵਿੱਚ, ਅਤੇ ਹੁਣ ਕਹਿੰਦੇ ਜੀ 9 ਅਤੇ 10 ਸਤੰਬਰ ਨੂੰ ਦਿੱਲੀ 'ਚ ਬੈਠਕਾਂ ਹੋਣੀਆਂ ਨੇ, ਵੱਡੇ ਵੱਡੇ ਲੀਡਰ ਆਉਣੇ, ਜਿਨਪਿੰਗ ਵੀ ਆ ਸਕਦਾ, ਕਹਿੰਦੇ ਹੋਟਲ ਦੀ ਬੁਕਿੰਗ ਦੀ ਚਰਚਾ। ਅਤੇ ਪਰ ਉੱਥੇ ਘਸਮਾਨ ਬਾਂਦਰਾਂ ਦਾ ਪੈ ਗਿਆ। G20 ਸੰਮੇਲਨ ਦੇ ਲਈ ਦਿੱਲੀ ਦੇ ਵਿੱਚ 8 ਤੋਂ 10 ਸਤੰਬਰ ਤੱਕ, 8, 9, 10, ਸੋ ਇਹਨਾਂ ਦਿਨਾਂ ਦੇ ਲਈ ਬਕਾਇਦਾ ਤੌਰ 'ਤੇ ਦਫ਼ਤਰਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ, ਸੁਰੱਖਿਆ ਦੇ ਹਵਾਲੇ ਨਾਲ, ਹੈ ਨਾ, ਟ੍ਰੈਫਿਕ ਦੇ ਹਵਾਲੇ ਨਾਲ। ਸੋ ਦਿੱਲੀ ਨੂੰ ਖਾਲੀ ਕਰਾ ਲਿਆ ਗਿਆ ਇੱਕ ਤਰ੍ਹਾਂ ਨਾਲ, ਲੋਕ ਆਪਣੇ ਆਪਣੇ ਟਿਕਾਣਿਆਂ 'ਚ ਰਹਿਣ, ਉਹ ਰੂਟ ਕਨਵਰਟ ਕਰ ਦਿੱਤੇ ਜਾਣਗੇ ਜਿਹੜਾ ਰੂਟਾਂ ਤੋਂ ਇਹਨਾਂ VIPs ਲੰਘਣਾ। ਪਰ ਪੰਗਾ ਉੱਥੇ ਬੰਦਿਆਂ ਨੂੰ ਤਾਂ ਕੰਟਰੋਲ ਕਰ ਲਈਏ ਕਹਿੰਦੇ, ਹੈ ਨਾ। ਦਫ਼ਤਰਾਂ ਛੁੱਟੀਆਂ ਕਰ ਦਈਏ, ਰੂਟ ਕਨਵਰਟ ਕਰ ਦਈਏ, ਪਰ ਬਾਂਦਰਾਂ ਨੂੰ ਕਿਵੇਂ ਕੰਟਰੋਲ ਕਰੀਏ? ਚਾਹੇ ਪ੍ਰਧਾਨ ਮੰਤਰੀ ਦਾ ਘਰ ਹੋਵੇ, ਚਾਹੇ ਉੱਥੇ ਹੋਰ ਮੰਤਰੀਆਂ ਸੰਤਰੀਆਂ ਦਾ ਘਰ ਹੋਵੇ, ਚਾਹੇ ਦਫ਼ਤਰ ਹੋਣ, ਚਾਹੇ ਭਵਨ ਹੋਣ ਜਿੱਥੇ ਮੀਟਿੰਗਾਂ ਹੋਣੀਆਂ, ਚਾਹੇ ਜਿੱਥੇ ਠਹਿਰਨਾ ਉਹ ਹੋਟਲ ਹੋਣ, ਹਰ ਪਾਸੇ ਕਹਿੰਦੇ ਬਾਂਦਰਾਂ ਦੀ ਭਰਮਾਰ ਹੈ। ਹੁਣ ਬਾਂਦਰਾਂ ਤੋਂ ਛੁਟਕਾਰਾ ਪਾਉਣ ਲਈ ਕਹਿੰਦੇ ਬੰਦਿਆਂ ਨੂੰ ਇਹ ਲੰਗੂਰ ਬਣਾ ਦਿਉ, ਜਾਂ ਫਿਰ ਕਹਿੰਦੇ ਲੰਗੂਰਾਂ ਦੇ ਕੱਟ ਆਊਟ ਟੰਗ ਦਿਉ। ਬਿਲਕੁਲ ਜੀ, ਇੰਦਰਾ ਗਾਂਧੀ ਏਅਰਪੋਰਟ ਤੋਂ ਲੈ ਕੇ ਜਿਹੜੇ ਹੋਟਲਾਂ 'ਚ VIPs ਨੇ ਰਹਿਣਾ ਉੱਥੇ ਤੱਕ, VIP ਦੇ ਹੋਟਲਾਂ ਦੇ ਠਹਿਰਾਅ ਵਾਲੇ ਥਾਂ ਤੋਂ ਲੈ ਕੇ ਜਿਹੜੇ ਭਵਨਾਂ 'ਚ ਬੈਠਕਾਂ ਹੋਣੀਆਂ ਉੱਥੇ ਤੱਕ, ਉਹਨਾਂ ਭਵਨਾਂ 'ਚੋਂ ਨਿਕਲ ਕੇ ਜਿਹੜੇ ਬੜੇ ਮੰਤਰੀਆਂ, ਸੰਤਰੀਆਂ, ਪ੍ਰਧਾਨ ਮੰਤਰੀ ਜਾਂ ਹੋਰ ਅਧਿਕਾਰੀਆਂ ਜਾਂ ਵੱਡੇ ਚਿਹਰਿਆਂ ਨੂੰ ਜਾਂ ਆਪਣੇ ਕੌਂਸਲੇਟ ਜਨਰਲਾਂ ਨੂੰ ਮਿਲਣਾ, ਉੱਥੇ ਤੱਕ ਜਾਣਾ, ਉੱਥੇ ਤੱਕ ਹਰ ਪਾਸੇ ਕਹਿੰਦੇ ਬਾਂਦਰ ਆਉਂਦੇ ਨੇ ਜੀ। ਸੋ ਇਸ ਲਈ ਕਹਿੰਦੇ ਬਾਂਦਰਾਂ ਨੂੰ ਭਜਾਉਣ ਲਈ ਹੁਣ ਸੜਕਾਂ ਦੇ ਉੱਤੇ ਲੰਗੂਰਾਂ ਦੀਆਂ ਫੋਟੋਆਂ ਟੰਗਤੀਆਂ, ਅਤੇ ਉਹ ਲੰਗੂਰਾਂ ਦੀਆਂ ਫੋਟੋਆਂ ਦੇ ਨਾਲ 8-10 ਬੰਦੇ ਉਹ ਖੜਾਏ ਨੇ ਕਿ ਜਦੋਂ ਬਾਂਦਰ ਆਵੇ ਉਹ ਲੰਗੂਰ ਦੀ ਫੋਟੋ ਦੇਖ ਕੇ ਡਰੇ ਅਤੇ ਨਾਲੋਂ 8-10 ਖੜ੍ਹੇ ਬੰਦੇ ਲੰਗੂਰ ਦੀ ਆਵਾਜ਼ 'ਚ ਬੋਲਣ, ਉਹਦੇ ਮੰਗ ਚੀਕ ਮਾਰਨ, ਅਤੇ ਉਹ ਤੋਂ ਬਾਅਦ ਫਿਰ ਕਹਿੰਦੇ ਬਾਂਦਰ ਡਰ ਕੇ ਭੱਜਣ। ਸੋ ਹੁਣ ਬਾਂਦਰਾਂ ਨੂੰ ਭਜਾਉਣ ਲਈ, G20 ਸੰਮੇਲਨ ਕਰਾਉਣ ਲਈ ਦਿੱਲੀ 'ਚ ਬੰਦੇ ਲੰਗੂਰ ਬਣਾਤੇ ਜਨਾਬ, ਆਹ ਜੀ ਸਾਡਾ ਸਿਸਟਮ, ਆਹ ਹੈ ਸਾਡੀ ਤਰੱਕੀ। ਸੋ ਇਸ ਲਈ ਅਜਿਹੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਲਈ। ਚਰਚੇ ਤਾਂ G20 ਦੇ ਖੂਬ ਨੇ। G20 ਸੰਮੇਲਨ ਸਿਖਰਲਾ ਦੌਰ ਭਾਰਤ ਦੇ ਵਿੱਚ, ਅਤੇ ਹੁਣ ਕਹਿੰਦੇ ਜੀ 9 ਅਤੇ 10 ਸਤੰਬਰ ਨੂੰ ਦਿੱਲੀ 'ਚ ਬੈਠਕਾਂ ਹੋਣੀਆਂ ਨੇ, ਵੱਡੇ ਵੱਡੇ ਲੀਡਰ ਆਉਣੇ, ਜਿਨਪਿੰਗ ਵੀ ਆ ਸਕਦਾ, ਕਹਿੰਦੇ ਹੋਟਲ ਦੀ ਬੁਕਿੰਗ ਦੀ ਚਰਚਾ। ਅਤੇ ਪਰ ਉੱਥੇ ਘਸਮਾਨ ਬਾਂਦਰਾਂ ਦਾ ਪੈ ਗਿਆ। G20 ਸੰਮੇਲਨ ਦੇ ਲਈ ਦਿੱਲੀ ਦੇ ਵਿੱਚ 8 ਤੋਂ 10 ਸਤੰਬਰ ਤੱਕ, 8, 9, 10, ਸੋ ਇਹਨਾਂ ਦਿਨਾਂ ਦੇ ਲਈ ਬਕਾਇਦਾ ਤੌਰ 'ਤੇ ਦਫ਼ਤਰਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ, ਸੁਰੱਖਿਆ ਦੇ ਹਵਾਲੇ ਨਾਲ, ਹੈ ਨਾ, ਟ੍ਰੈਫਿਕ ਦੇ ਹਵਾਲੇ ਨਾਲ। ਸੋ ਦਿੱਲੀ ਨੂੰ ਖਾਲੀ ਕਰਾ ਲਿਆ ਗਿਆ ਇੱਕ ਤਰ੍ਹਾਂ ਨਾਲ, ਲੋਕ ਆਪਣੇ ਆਪਣੇ ਟਿਕਾਣਿਆਂ 'ਚ ਰਹਿਣ, ਉਹ ਰੂਟ ਕਨਵਰਟ ਕਰ ਦਿੱਤੇ ਜਾਣਗੇ ਜਿਹੜਾ ਰੂਟਾਂ ਤੋਂ ਇਹਨਾਂ VIPs ਲੰਘਣਾ। ਪਰ ਪੰਗਾ ਉੱਥੇ ਬੰਦਿਆਂ ਨੂੰ ਤਾਂ ਕੰਟਰੋਲ ਕਰ ਲਈਏ ਕਹਿੰਦੇ, ਹੈ ਨਾ। ਦਫ਼ਤਰਾਂ ਛੁੱਟੀਆਂ ਕਰ ਦਈਏ, ਰੂਟ ਕਨਵਰਟ ਕਰ ਦਈਏ, ਪਰ ਬਾਂਦਰਾਂ ਨੂੰ ਕਿਵੇਂ ਕੰਟਰੋਲ ਕਰੀਏ? ਚਾਹੇ ਪ੍ਰਧਾਨ ਮੰਤਰੀ ਦਾ ਘਰ ਹੋਵੇ, ਚਾਹੇ ਉੱਥੇ ਹੋਰ ਮੰਤਰੀਆਂ ਸੰਤਰੀਆਂ ਦਾ ਘਰ ਹੋਵੇ, ਚਾਹੇ ਦਫ਼ਤਰ ਹੋਣ, ਚਾਹੇ ਭਵਨ ਹੋਣ ਜਿੱਥੇ ਮੀਟਿੰਗਾਂ ਹੋਣੀਆਂ, ਚਾਹੇ ਜਿੱਥੇ ਠਹਿਰਨਾ ਉਹ ਹੋਟਲ ਹੋਣ, ਹਰ ਪਾਸੇ ਕਹਿੰਦੇ ਬਾਂਦਰਾਂ ਦੀ ਭਰਮਾਰ ਹੈ। ਹੁਣ ਬਾਂਦਰਾਂ ਤੋਂ ਛੁਟਕਾਰਾ ਪਾਉਣ ਲਈ ਕਹਿੰਦੇ ਬੰਦਿਆਂ ਨੂੰ ਇਹ ਲੰਗੂਰ ਬਣਾ ਦਿਉ, ਜਾਂ ਫਿਰ ਕਹਿੰਦੇ ਲੰਗੂਰਾਂ ਦੇ ਕੱਟ ਆਊਟ ਟੰਗ ਦਿਉ। ਬਿਲਕੁਲ ਜੀ, ਇੰਦਰਾ ਗਾਂਧੀ ਏਅਰਪੋਰਟ ਤੋਂ ਲੈ ਕੇ ਜਿਹੜੇ ਹੋਟਲਾਂ 'ਚ VIPs ਨੇ ਰਹਿਣਾ ਉੱਥੇ ਤੱਕ,
VIP ਦੇ ਹੋਟਲਾਂ ਦੇ ਠਹਿਰਾਅ ਵਾਲੇ ਥਾਂ ਤੋਂ ਲੈ ਕੇ ਜਿਹੜੇ ਭਵਨਾਂ 'ਚ ਬੈਠਕਾਂ ਹੋਣੀਆਂ ਉੱਥੇ ਤੱਕ, ਉਹਨਾਂ ਭਵਨਾਂ 'ਚੋਂ ਨਿਕਲ ਕੇ ਜਿਹੜੇ ਬੜੇ ਮੰਤਰੀਆਂ ਸੰਤਰੀਆਂ ਪ੍ਰਧਾਨ ਮੰਤਰੀ ਜਾਂ ਹੋਰ ਅਧਿਕਾਰੀਆਂ ਜਾਂ ਵੱਡੇ ਚਿਹਰਿਆਂ ਨੂੰ ਜਾਂ ਆਪਣੇ ਕੌਂਸਲੇਟ ਜਨਰਲਾਂ ਨੂੰ ਮਿਲਣਾ, ਉੱਥੇ ਤੱਕ ਜਾਣਾ, ਉੱਥੇ ਤੱਕ ਹਰ ਪਾਸੇ ਕਹਿੰਦੇ ਬਾਂਦਰ ਆਉਂਦੇ ਨੇ ਜੀ। ਸੋ ਇਸ ਲਈ ਕਹਿੰਦੇ ਬਾਂਦਰਾਂ ਨੂੰ ਭਜਾਉਣ ਲਈ ਹੁਣ ਸੜਕਾਂ ਦੇ ਉੱਤੇ ਲੰਗੂਰਾਂ ਦੀਆਂ ਫੋਟੋਆਂ ਟੰਗਤੀਆਂ, ਅਤੇ ਉਹ ਲੰਗੂਰਾਂ ਦੀਆਂ ਫੋਟੋਆਂ ਦੇ ਨਾਲ 8-10 ਬੰਦੇ ਉਹ ਖੜਾਏ ਨੇ ਕਿ ਜਦੋਂ ਬਾਂਦਰ ਆਵੇ ਉਹ ਲੰਗੂਰ ਦੀ ਫੋਟੋ ਦੇਖ ਕੇ ਡਰੇ, ਅਤੇ ਨਾਲ ਉਹ 8-10 ਖੜ੍ਹੇ ਬੰਦੇ ਲੰਗੂਰ ਦੀ ਆਵਾਜ਼ 'ਚ ਬੋਲਣ, ਉਹਦੇ ਮੰਗ ਚੀਕ ਮਾਰਨ, ਅਤੇ ਉਹ ਤੋਂ ਬਾਅਦ ਫਿਰ ਕਹਿੰਦੇ ਬਾਂਦਰ ਡਰ ਕੇ ਭੱਜਣ। ਸੋ ਹੁਣ ਬਾਂਦਰਾਂ ਨੂੰ ਭਜਾਉਣ ਲਈ G20 ਸੰਮੇਲਨ ਕਰਵਾਉਣ ਲਈ ਦਿੱਲੀ 'ਚ ਬੰਦੇ ਲੰਗੂਰ ਬਣਾਤੇ ਜਨਾਬ, ਆਹ ਜੀ ਸਾਡਾ ਸਿਸਟਮ, ਆਹ ਹੈ ਸਾਡੀ ਤਰੱਕੀ। ਸੋ ਇਸ ਲਈ ਇਹੋ ਜਿਹੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਲਈ।